ਸਾਹਿਬ ਤੁਹਾਡੀ ਖਬਰ ਸਾਹਮਣੇ ਆ ਰਹੀ ਹੈ ਕਿ ਕਿਉਂਕਿ ਤੁਸੀਂ ਪਿਛਲੇ ਦਿਨਾਂ 'ਚ ਅਸਤੀਫਾ ਆਪਣੀ ਨੌਕਰੀ ਤੋਂ ਦਿੱਤਾ ਸੀ ਔਰ ਸਿਆਸਤ 'ਚ ਆਉਣ ਦੇ ਸੰਕੇਤ ਜਿਹੜੇ ਉਹ ਦਿੱਤੇ ਸੀਗੇ ਔਰ ਜਾਣਕਾਰੀ ਇਹ ਮਿਲ ਰਹੀ ਕਿ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਰਹੇ ਹੋ। ਹਾਂਜੀ, 3 ਵਜੇ ਦਾ ਪ੍ਰੋਗਰਾਮ ਹੈ, 3 ਵਜੇ ਸਾਰਾ ਕੁਛ ਹੀ ਹੋ ਜਾਏਗਾ ਐਕਸਪੋਜ਼ ਜੀ। ਜੀ, ਮੁੱਖ ਮੰਤਰੀ ਸ਼ਾਮਲ ਕਰਵਾ ਰਹੇ ਨੇ ਜਾਂ ਸੰਦੀਪ ਪਾਠਕ ਹੋਰੀ ਸ਼ਾਮਲ ਕਰਵਾ ਰਹੇ ਨੇ? ਮੈਨੂੰ ਨਹੀਂ ਪਤਾ, ਮੈਨੂੰ ਤਾਂ ਬੁਲਾਇਆ ਗਿਆ, 3 ਵਜੇ ਦਾ ਅਪਾਇੰਟਮੈਂਟ ਦਿੱਤੀ ਗਈ ਆ। ਕੌਣ ਆ ਉੱਥੇ, ਹੋਸਟ ਕੌਣ ਆ, ਇਹ ਨਹੀਂ ਮੈਨੂੰ ਪਤਾ ਜੀ। ਕਿੰਦੇ ਵੱਲੋਂ, ਆਮ ਆਦਮੀ ਪਾਰਟੀ ਵੱਲੋਂ ਇਹ ਇਨਫੋਰਮੇਸ਼ਨ ਆਈ ਸੀ? ਹਾਂਜੀ ਹਾਂਜੀ ਹਾਂਜੀ। ਦੂਸਰਾ ਵੀ ਹੈ ਕਿਉਂਕਿ ਤੁਸੀਂ ਕਾਫੀ ਜ਼ਿਆਦਾ ਪਿਛਲੇ ਦਿਨਾਂ 'ਚ ਐਕਟਿਵ ਰਹੇ, ਤੁਹਾਡੀਆਂ ਬਹੁਤ ਸਾਰੀਆਂ ਵੀਡੀਓ ਸਾਹਮਣੇ ਆਈਆਂ ਜਿਸਦੇ ਤੁਸੀਂ ਛਾਪੇਮਾਰੀ ਕਰ ਰਹੇ ਸੀ, ਉਸ ਤੋਂ ਬਾਅਦ ਤੁਸੀਂ ਕਿਹਾ ਕਿ ਇਹ ਤਾਂ ਇੱਕ ਟ੍ਰੇਲਰ ਹੈ ਕਿਉਂਕਿ ਜੇਕਰ ਲੋਕਾਂ ਦੀ ਸੇਵਾ ਕਰਨੀ ਹੈ ਜਾਂ ਲੋਕਾਂ ਦੇ ਨਾਲ ਖੜਨਾ ਹੈ ਤਾਂ ਫਿਰ ਸਿਆਸਤ 'ਚ ਆਉਣਾ ਹੋਏਗਾ, ਤਾਂ ਕਿਸ ਤਰੀਕੇ ਦੀ ਤੁਹਾਡੀ ਭੂਮਿਕਾ ਹੁਣ ਆਮ ਆਦਮੀ ਪਾਰਟੀ 'ਚ ਰਹੇਗੀ? ਕੀ ਹੁਸ਼ਿਆਰਪੁਰ ਤੋਂ ਲੋਕ ਸਭਾ ਦੇ ਇਲੈਕਸ਼ਨ ਲੜਨਾ ਤੁਸੀਂ ਚਾਹੁੰਦੇ ਹੋ? ਤੁਹਾਨੂੰ ਲੱਗਦਾ ਹੈ ਕਿ ਹੁਸ਼ਿਆਰਪੁਰ ਤੁਹਾਨੂੰ ਆਮ ਆਦਮੀ ਪਾਰਟੀ ਚੋਣ ਲੜਵਾਵੇ? ਇਹ ਤਾਂ ਮੈਂ ਤਾਂ ਇੱਕ ਸਧਾਰਨ ਕਾਰਿਆਕਰਤਾ ਦੀ ਤਰ੍ਹਾਂ ਹੀ ਪਾਰਟੀ 'ਚ ਆ ਰਿਹਾ, ਤੇ ਬਾਕੀ ਤਾਂ ਪਾਰਟੀ ਦਾ ਪ੍ਰੈਰੋਗੇਟਿਵ ਹੈ, ਉਹ ਕੋਈ ਛੋਟੀ ਸੇਵਾ ਜਾਂ ਵੱਡੀ ਸੇਵਾ ਲੈਣੀ ਚਾਹੇ ਤੇ ਇਹ ਉਹਨਾਂ ਦੀ ਡਿਸਕ੍ਰੀਸ਼ਨ ਹੈ ਜੀ। ਹਾਂਜੀ, ਮੈਂ ਤਿਆਰ ਹਾਂ ਜਿਹੜੀ ਵੀ ਸੇਵਾ ਲੈਣੀ ਚਾਹੁੰਗੇ। ਆਮ ਆਦਮੀ ਪਾਰਟੀ ਕਿਉਂ ਚੁਣੀ ਤੁਹਾਡੇ ਵੱਲੋਂ, ਕਿਉਂਕਿ ਹੋਰ ਵੀ ਸਿਆਸੀ ਪਾਰਟੀਆਂ ਨੇ, ਕਾਂਗਰਸ ਹੈ, ਅਕਾਲੀ ਦਲ ਹੈ, ਬੀਜੇਪੀ, ਆਮ ਆਦਮੀ ਪਾਰਟੀ ਹੀ ਕਿਉਂ? ਮੈਨੂੰ ਇੱਦਾਂ ਲੱਗਿਆ ਵੀ ਜਿਹੜਾ ਜਿਵੇਂ ਓਨੈਸਟਲੀ ਕੋਈ ਕੰਮ ਕਰੇ ਆਫਿਸਰ ਜਾਂ ਜਿੱਦਾਂ ਖੁੱਲ੍ਹ ਕੇ ਕੰਮ ਕਰਨਾ ਚਾਹੇ ਤਾਂ ਉਹਨੂੰ ਉਹ ਸਪੋਰਟਿਵ ਰਹਿੰਦੇ ਆ, ਬਹੁਤ ਜ਼ਿਆਦਾ ਸਪੋਰਟਿਵ, ਮੇਰੇ ਲਈ ਬਹੁਤ ਸਪੋਰਟਿਵ ਰਹੇ ਆ ਜੀ। ਮੈਨੂੰ ਅੱਛਾ ਲੱਗਾ, ਮੇਰੇ ਲਈ ਹਿੰਡਰੈਂਸਿਸ ਨਹੀਂ ਰਹੀਆਂ ਔਰ ਮੈਂ ਖੁੱਲ੍ਹ ਕੇ ਕੰਮ ਕਰ ਸਕਿਆ ਜੀ। ਤੁਹਾਨੂੰ ਲੱਗਦਾ ਕਿ ਹੁਣ ਸਿਆਸਤ 'ਚ ਆ ਕੇ ਤੁਸੀਂ ਜਿਹੜਾ ਅਧਿਕਾਰੀ ਦੇ ਤੌਰ ਤੇ ਕੰਮ ਕਰਦੇ ਸੀ ਉਸ ਤੋਂ ਡਬਲ ਕੰਮ ਕਰ ਸਕੋਗੇ ਔਰ ਹੋ ਸਕਦਾ ਹੈ ਕਿ ਕਿਉਂਕਿ ਹੁਣ ਟਿਕਟਾਂ ਦੀ ਵੀ ਅਨਾਉਂਸਮੈਂਟ ਹੋਣੀ ਹੈ ਕਿ ਤੁਹਾਨੂੰ ਹੁਸ਼ਿਆਰਪੁਰ ਤੋਂ ਟਿਕਟ ਮਿਲ ਜੇ? ਇਹ ਤਾਂ ਪਾਰਟੀ ਦਾ ਹੈ ਜੀ, ਉਹਨਾਂ ਦਾ ਪ੍ਰੈਰੋਗੇਟਿਵ ਹੈ, ਮੈਂ ਉਹਦੇ 'ਚ ਨਹੀਂ ਕਹਿੰਦਾ। ਪਰ ਮੈਨੂੰ ਤੁਸੀਂ ਕਿਹਾ ਵੀ ਜਿਵੇਂ ਭਾਈ ਡਬਲ ਕੰਮ ਕਰਨ ਦੀ ਗੱਲ ਕੀਤੀ, ਮੈਂ ਡਬਲ ਨਹੀਂ, ਮੈਂ ਤਾਂ ਕਹਿੰਦਾ ਮੈਨੀਫੋਲਡ, ਮੈਂ ਨਾ ਸੌਣਾ ਤੇ ਨਾ ਬਹਿਣ ਦਾ, ਆਰਾਮ ਕਰਨ ਦਾ ਮੈਨੂੰ ਨਹੀਂ। ਮੈਨੂੰ ਤਾਂ ਦਿਨ ਰਾਤ ਹੁੰਦਾ ਵੀ ਮੈਂ ਲੋਕਾਂ ਨੂੰ ਕੀ ਕਰ ਸਕਿਆ, ਮੈਂ ਲੋਕਾਂ ਲਈ ਕੀ ਸੇਵਾ ਕੰਫਰਟ ਕੀ ਦੇ ਸਕਿਆ। ਹੋਰ ਤਾਂ ਮੇਰਾ ਕੋਈ ਵੈਸਟਡ ਇੰਟਰਸਟ ਸ਼ੁਰੂ ਤੋਂ ਹੀ ਨਹੀਂ ਰਿਹਾ, ਕਦੀ ਵੀ ਨਹੀਂ ਸੋਚਿਆ ਮੈਂ ਕਦੀ ਕੋਈ ਏਦਾਂ ਦਾ। ਐਜ਼ ਏ ਆਫੀਸਰ ਔਰ ਐਜ਼ ਏ ਪੋਲੀਟੀਸ਼ੀਅਨ ਤੁਹਾਨੂੰ ਦੋਵੇਂ ਫੀਲਡ ਦੇ ਵਿੱਚ ਕੀ ਫਰਕ ਨਜ਼ਰ ਆਉਂਦਾ ਵਾ? ਉੱਥੇ ਵਾਈਂਡਿੰਗਸ ਹੁੰਦੀਆਂ ਜੀ ਬਹੁਤ ਜ਼ਿਆਦਾ, ਜਵਾਨ ਵੀ ਬੰਦ, ਕਈ ਕੰਮ ਕਰਨ ਦੀਆਂ ਵੀ ਲਿਮਿਟੇਸ਼ਨ ਦਾ, ਸਫੀਅਰ ਬਹੁਤ ਛੋਟਾ ਹੁੰਦਾ, ਜ਼ਿਲ੍ਹਾ ਛੋਟਾ, ਜੁਰੀਡਿਕਸ਼ਨ ਛੋਟੀ, ਇਹਦੀ ਜੁਰੀਡਿਕਸ਼ਨ ਵੱਡੀ, ਹਰ ਚੀਜ਼ ਵੱਡੀ। ਹਾਂਜੀ, ਔਰ ਮੈਨੂੰ ਲੱਗਦਾ ਜਿੰਨਾ ਮੈਨੂੰ ਪਰਮਾਤਮਾ ਨੇ ਵਾਹਿਗੁਰੂ ਨੇ ਟੈਂਪਰਾਮੈਂਟ ਦਿੱਤਾ ਆ, ਮੈਂ ਇਸ ਖੇਤਰ 'ਚ ਮੈਨੂੰ ਜਾਣਾ ਚਾਹੀਦਾ ਔਰ ਇਹਨੂੰ ਯੂਟੀਲਾਈਜ਼ ਕਰਨਾ ਚਾਹੀਦਾ, ਮੈਂ ਇੱਦਾਂ ਮਹਿਸੂਸ ਕਰਦਾ। ਜੇਕਰ ਪਾਰਟੀ ਟਿਕਟ ਦਿੰਦੀ ਲੋਕ ਸਭਾ ਦੀ ਹੁਸ਼ਿਆਰਪੁਰ ਦੇ ਲਈ ਤੇ ਤੁਸੀਂ ਲੜਨ ਦੇ ਇੱਛੁਕ ਹੋ? ਹਾਂ, ਜੇ ਮੈਨੂੰ ਸੇਵ ਦੇਗੀ ਤਾਂ ਜ਼ਰੂਰ, ਮੈਂ ਪਾਰਟੀ ਦਾ ਓਬੀਡੀਐਂਟ ਵਰਕਰ ਰਹੂੰਗਾ ਜੀ। ਹਾਂਜੀ, ਦੂਸਰਾ, 3 ਵਜੇ ਚੰਡੀਗੜ੍ਹ ਦੇ ਵਿੱਚ ਸ਼ਾਮਲ ਹੋ ਰਹੇ ਹੋ ਜਾਂ ਕਿੱਥੇ ਸ਼ਾਮਲ ਹੋ ਰਹੇ ਹੋ? ਚੰਡੀਗੜ੍ਹ 3 ਵਜੇ ਜੀ, ਮੈਂ ਚੰਡੀਗੜ੍ਹ, ਚੰਡੀਗੜ੍ਹ ਕਿਹੜੀ ਜਗ੍ਹਾ, ਇਹ ਦੱਸਿਆ ਗਿਆ ਜਾਂ ਇਹ ਦੱਸਿਆ ਗਿਆ ਕਿ ਸੰਦੀਪ ਪਾਠਕ ਹੋਣਗੇ ਨਾਲ ਜਾਂ ਕੌਣ? ਨਹੀਂ, ਮੈਨੂੰ ਕੁਛ ਇਹੋ ਜਿਹਾ ਕੁਛ ਨਹੀਂ ਮੈਨੂੰ ਦੱਸਿਆ ਗਿਆ ਜੀ। ਪਿਛਲੇ ਦਿਨਾਂ 'ਚ ਕੋਈ ਤੁਹਾਡੀ ਮੁਲਾਕਾਤ ਅਰਵਿੰਦ ਕੇਜਰੀਵਾਲ ਨਾਲ ਜਾਂ ਮੁੱਖ ਮੰਤਰੀ ਭਗਵੰਤ ਮਾਨ ਨਾਲ ਹੋਈ ਸੀ? ਨਹੀਂ, ਮੇਰੀ ਮੁਲਾਕਾਤ ਨਹੀਂ ਹੋਈ ਜੀ, ਮੇਰੀ ਜਿਹੜੇ ਪਾਰਟੀ ਦੇ ਜ਼ਿੰਮੇਵਾਰ ਬਹੁਤ ਹੈਗੇ ਆ ਬੰਦੇ, ਰਿਸਪੋਂਸੀਬਲ ਪਰਸਨ, ਉਹਨਾਂ ਨਾਲ ਹੋਈਆਂ, ਪਰ ਇਹਨਾਂ 'ਚੋਂ ਜਿਹਨਾਂ ਦਾ ਤੁਸੀਂ ਨੇਮ ਲਿਆ ਉਹਨਾਂ 'ਚੋਂ ਨਹੀਂ ਹੋਈ, ਪਰ ਮੇਰੇ ਬਹੁਤ ਹੋਰ ਵੀ ਪਾਰਟੀ 'ਚ ਜਿਵੇਂ ਹੈਗੇ ਉਹਨਾਂ ਨਾਲ ਹੋਈਆਂ ਜੀ, ਉਹ ਮੈਨੂੰ ਲੱਗਦਾ ਹੁੰਦਾ ਉਹ ਉਹਨਾਂ ਦਾ ਹੀ ਰੂਪ ਹੈ। ਹਾਂਜੀ,
ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਨੂੰ ਕਿਵੇਂ ਦੇਖਦੇ ਹੋ ਔਰ ਮੁੱਖ ਮੰਤਰੀ ਭਗਵੰਤ ਮਾਨ ਦੇ ਕੰਮਕਾਰ ਨੂੰ ਕਿਵੇਂ ਦੇਖਦੇ ਹੋ, ਬਾਕੀਆਂ ਤੋਂ ਵੱਖਰੇ? ਵੱਖਰਾ ਜੀ, ਐਂਟਾਇਰਲੀ ਡਿਫਰੈਂਟ, ਬਹੁਤ ਵੱਖਰਾ ਦੇਖਦਾ, ਬਹੁਤ ਵੱਖਰਾ। ਕਿਹੜੀ ਚੀਜ਼ ਤੁਹਾਨੂੰ ਪਸੰਦ ਆਈ ਹੈ ਆਮ ਆਦਮੀ ਪਾਰਟੀ ਔਰ ਅਰਵਿੰਦ ਕੇਜਰੀਵਾਲ ਭਗਵੰਤ ਮਾਨ ਹੋਰਾਂ? ਚੀਜ਼ਾਂ ਤਾਂ ਬਹੁਤ ਫੈਕਟਰ ਹੈਗੇ, ਪਰ ਮੈਨੂੰ ਸਭ ਤੋਂ ਜ਼ਿਆਦਾ ਪਸੰਦ ਆਇਆ ਵੀ ਜਿਹੜਾ ਜਿਹੜਾ ਓਨੈਸਟਲੀ ਜਿਹੜੀ ਓਨੈਸਟਲੀ ਕੰਮ ਕਰਨਾ ਔਰ ਜਿਹੜੇ ਓਨੈਸਟਲੀ ਆਫਿਸਰ ਕੰਮ ਕਰਦੇ ਜਿਹੜੇ ਲੋਕ ਹਿੱਤਾਂ ਲਈ, ਔਰ ਲੋਕ ਹਿੱਤਾਂ ਲਈ ਬਹੁਤ ਮੋਹਰੇ ਆ, ਬਹੁਤ ਮੋਹਰੇ ਆ।